ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ 'ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਛੀਨਾ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਕਾਫੀ ਵੀਡੀਓ ਦਿਖਾਈ ਦੀਆਂ ਵਾ। ਅੱਜ ਵੀ ਤੁਹਾਨੂੰ ਕੁਝ ਪਸ਼ੂ ਦਿਖਾਉਣੇ ਆ, ਕੁਝ ਸੋਏ, ਕੁਛ ਤੋਕੜ ਅਤੇ ਕੁਝ ਗੱਬਣ ਤੁਹਾਨੂੰ ਦਿਖਾਵਾਂਗੇ। ਆਹ ਹੁਣ ਗੱਲਬਾਤ ਵੀਰ ਜੀ ਉਹਨਾਂ ਨੂੰ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੇ? ਬਸ ਵਧੀਆ ਵੀਰ ਜੀ। ਚਲੋ ਵਧੀਆ ਚਾਹੀਦਾ। ਪਹਿਲਾਂ ਵੇਖ ਗਿਆ ਫਿਰ ਮਾਲ ਆਪਣਾ? ਹਾਂਜੀ ਹਾਂਜੀ ਵੀਰ ਜੀ। ਠੀਕ ਹੈ, ਨਾਮ ਇੱਕ ਵਾਰੀ ਦੱਸ ਦਿਓ ਆਪਣਾ। ਨਾਮ ਕਾਕਾ, ਪਿੰਡ ਛੀਨਾ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਵੀ ਅੰਮ੍ਰਿਤਸਰ। ਠੀਕ ਹੈ, ਮਹਿਤੇ ਰੋਡ ਤੇ ਪਿੰਡ ਨਾ ਆਪਣਾ? ਹਾਂਜੀ ਹਾਂਜੀ, ਮਹਿਤਾ ਰੋਡ 2 ਕਿਲੋਮੀਟਰ ਇੱਥੋਂ ਬਸ। ਤੇ ਜਿਹੜੀ ਬੱਲਾ ਮੰਡੀ ਲੱਗਦੀ ਹੈ ਉਹ ਆਪਣੇ ਤੋਂ ਕਿੰਨਾ ਕੁ? 5-6 ਕਿਲੋਮੀਟਰ। 5-6 ਕਿਲੋਮੀਟਰ ਹੈਗੀ ਹੈ। ਠੀਕ ਹੈ, ਫੋਨ ਨੰਬਰ ਬੋਲ ਦਿਓ ਜੀ। 88725-9755। ਠੀਕ ਹੈ, ਅੱਜ ਇੱਕ ਮੱਝ ਵੀ ਲੈਣਤੀ ਫਿਰ? ਹਾਂਜੀ ਹਾਂਜੀ। ਠੀਕ ਹੈ, ਤੇ ਜਿਹੜੀ ਮੱਝ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ, ਕਿੰਨਵਾਂ ਸੂਆ ਸੂਈ ਆ ਉਹ? ਵੀਰ ਜੀ ਦੂਜਾ ਸੂਆ ਸੂਈ ਆ। ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ? 1.5-2 ਮਹੀਨੇ ਹੋ ਗਏ ਆ। ਉਹ 1.5 ਕਹਿੰਦੇ ਆ, ਆਪਾਂ 2 ਮਹੀਨੇ ਕਰਕੇ ਦਵਾਂਗੇ ਵੀ। 2 ਮਹੀਨੇ ਹੋ ਗਏ ਮਗਰ ਕੱਟੀ ਆ ਬੱਚਾ ਕੀ? ਅੱਛਾ, ਮਗਰ ਕੱਟੀ ਆ। ਹਾਂਜੀ ਠੀਕ ਆ। ਤੇ ਦੁੱਧ ਕਿੰਨਾ ਪੱਕਾ ਤਿਆਰ ਜੀ? ਦੁੱਧ ਵੀਰ ਜੀ ਜਿਹੜਾ ਬਾਲਟੀ ਵਾਲਾ ਵਾ 12 ਲੀਟਰ ਹੈਗਾ। ਅੱਛਾ, 12 ਲੀਟਰ ਹੈਗਾ ਪੱਕਾ ਦੁੱਧ? ਮਿਣ ਕੇ ਦਵਾਂਗੇ 12 ਲੀਟਰ। ਤੇ ਮੁੱਲ ਕੀ ਕਰਨਾ ਫਿਰ? ਮੁੱਲ ਵੀਰ ਜੀ ਜੋ ਮਰਜ਼ੀ ਕਰੀਏ, 75 ਕਰੀਏ, 80 ਕਰੀਏ, 65,000 ਦੀ ਦੇਵਾਂਗੇ। 65,000 ਦੀ ਦੇ ਦੋਗੇ? ਮਾਨਤਨ ਹੋ ਜੂ ਵਿੱਚ ਛੋਟ ਛਾਟ ਹੀ ਹੋਣੀ ਜੋ। ਤੇ 12 ਲੀਟਰ ਦੁੱਧ ਚਵਾ ਕੇ ਦੋਗੇ? ਚਵਾ ਕੇ ਦਵਾਂਗੇ, 2 ਡੰਗ, 4 ਡੰਗ, ਜਿੰਨੇ ਮਰਜ਼ੀ ਡੰਗ ਛੋਏ। ਤੇ ਸੂਆ ਕਿੰਨਵਾ ਜੀ? ਦੂਜਾ ਸੂਆ। ਦੂਸਰਾ ਸੂਆ ਲਿਆ ਫਿਰ ਖੋਲੋ, ਤੋਰੀਏ ਇੱਕ ਵਾਰੀ। ਆਹ ਦੇਖ ਸਕਦੇ ਜੀ, ਇੱਕ ਵਾਰੀ ਤੁਹਾਨੂੰ ਬਾਹਰ ਕੱਢ ਕੇ ਦਿਖਾਉਂਦੇ ਆ। ਚੰਗੇ ਸੋਹਣੇ ਢਾਂਚੇ ਦੀ ਹੈ ਜਿਹੜੀ ਦੁੱਧ, 12 ਲੀਟਰ ਵੀਰ ਜੀ ਹੋਣੀ ਤਿਆਰ ਇਹਦੇ ਕੋਲ ਦੱਸਦੇ ਆ। ਸਿੰਘਾਂ ਦੀ ਜਿਹੜੀ ਕੁੰਡੀ ਝੋਟੀ ਹੈ, ਆਹ ਦੇਖ ਸਕਦੇ ਜੀ। ਤੇ ਢਾਂਚਾ ਵੀ ਜਿਹੜਾ ਚੰਗਾ ਇਹਦੇ ਕੋਲ, ਆਹ ਦੇਖ ਸਕਦੇ। ਹਾਂਜੀ ਠੀਕ ਹੈ ਵੀਰ ਜੀ, ਲੈ ਜਾ ਜੀ। ਇੱਕ ਪਾਸੇ ਦਾ ਸਿੰਘ ਜਿਹੜਾ ਇਹਦਾ ਟੁੱਟਾ ਜੀ। ਇੱਕ ਮਿੰਟ ਵੀਰ ਜੀ ਰੁਕ ਜਾ, ਥਾਂ ਦਿਖਾ ਦਈਏ ਇਹਦੇ ਚੰਗੀ ਤਰ੍ਹਾਂ। ਆਹ ਦੇਖ ਸਕਦੇ ਥਾਂ ਨਾ, ਅਤੇ ਮਿਲ ਕੇ ਮੈਨੂੰ ਵੀ ਚੰਗੀ ਹੈ। ਠੀਕ ਹੈ ਵੀਰ ਜੀ, ਲੈ ਜਾ ਜੀ। ਪੈਂਠ 65,000 ਚ ਮਾਨਤਾਨ ਵੀਰ ਜੀ ਨੇ ਕਹਿੰਦੇ ਕਿ ਆਪਾਂ ਇਹਦਾ ਕਰ ਦਿਆਂਗੇ। ਬੱਚਾ ਇਹਦੀ ਕੱਟੀ ਆ, ਕੱਟੀ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਆਹ ਦੇਖ ਸਕਦੇ ਜਿਹੜੀ ਮਗਰ ਕੱਟੀ ਜੀ। ਠੀਕ ਹੈ ਜੀ, ਆਹ ਹੁਣ ਤੁਹਾਨੂੰ ਦੂਸਰੇ ਨੰਬਰ 'ਤੇ ਇੱਕ ਹੋਰ ਵੈੜ ਤੁਹਾਨੂੰ ਸੋਹਣੇ ਹਵਾਨੇ ਵਾਲੀ ਦਿਖਾਉਣੀ ਆ, ਇਹਦੇ ਬਾਰੇ ਵੀ ਆਪਾਂ ਪੁੱਛਦੇ ਹਾਂ। ਹਾਂਜੀ ਵੀਰ ਜੀ, ਜਿਹੜੀ ਦੂਸਰੇ ਨੰਬਰ 'ਤੇ ਵੈੜ ਤੁਹਾਨੂੰ ਵਿਖਾਉਣੀ, ਆਪਾਂ ਗਾਵਾਂ ਦੀ ਸ਼ੁਰੂਆਤ ਕਰੀਏ। ਤੇ ਆਹ ਜਿਹੜੀ ਗਾਂ ਪਹਿਲੇ ਨੰਬਰ 'ਤੇ ਬੰਨੀ ਆ ਇਹ ਵੀਰ ਜੀ, ਪਹਿਲਣ ਵੱਛੀ ਆ, ਛਿੱਗੀ ਮੂੰਹ। ਅੱਛਾ ਜੀ, ਹਾਂਜੀ। ਤੇ ਕਿੰਨੇ ਕੁ ਚਿਰ ਦੀ ਸੂਈ ਜੀ ਇਹ? ਵੀਰ ਜੀ ਸੂਈ ਹੀ ਕੁਝ 11 ਵਜੇ। ਅੱਛਾ, ਅੱਜ ਹੀ ਸੂਈ ਆ? ਹਾਂਜੀ। ਠੀਕ ਹੈ, ਬੱਚਾ ਕਿਹੜਾ ਜੀ ਇਹਦੇ ਮਗਰ? ਬੱਚਾ ਮਗਰ ਬੱਚਾ ਆ ਗਿਆ ਜੀ। ਠੀਕ ਹੈ, ਤੇ ਆ ਚੇਰ ਵੀਰ ਜੀ ਇਹਦੀ ਪਈ ਆ ਜੀ? ਹਾਂਜੀ। ਠੀਕ ਹੈ, ਲਿਆ ਫਿਰ ਖੋਲੋ, ਤੋਰੀਏ ਇੱਕ ਵਾਰੀ ਇਹਨੂੰ। ਬਾਈ ਦੁੱਧ 12 ਕਿਲੋ ਖਾਣਾ। ਹਾਂਜੀ ਵੀਰ ਜੀ, ਲੈ ਜਾਓ ਜੀ। ਬਾਕੀ ਥਣਾ ਦਾ ਕੈਪ ਜਿਹੜਾ ਕਾਫੀ ਚੰਗਾ। ਹਾਂਜੀ ਲੈ ਜਾਓ, ਲੈ ਜਾਓ। ਸੂਆ ਜਿਹੜਾ ਪਹਿਲਾਂ ਸੂਈ, ਲੈ ਜਾਓ, ਲੈ ਜਾਓ ਵੀਰ ਜੀ, ਬੰਦ ਜੀ। ਚਿਹਰਾ ਜਿਹੜਾ ਇਹਦਾ ਸੋਹਣਾ, ਤੇ ਬਾਕੀ ਥਣ ਵੀ ਇਹਦੇ ਕਰੀ ਤੁਹਾਨੂੰ ਲਾਗੇ ਤੋਂ ਦਿਖਾ ਦਈਏ। ਠੀਕ ਹੈ ਵੀਰ ਜੀ, ਬੰਦੇ ਬੰਦੇ ਇਹਨੂੰ। ਹਾਂਜੀ ਵੀਰ ਜੀ, ਸੂਆ ਫਿਰ ਪਹਿਲਾਂ ਸੂਈ ਹੈ ਨਾ? ਤੇ ਚਵਾਈਆਂ ਕਿੰਨੀਆਂ ਕੀਤੀਆਂ ਜੀ ਇਹਦੀਆਂ? ਬੱਚੇ ਬੱਚਿਆਂ ਨੂੰ ਚੰਗਾ ਕੇ 2-2.5 ਕਿਲੋ ਚੋਇਆ ਹੈ। ਅੱਛਾ, 2-2.5 ਕਿਲੋ ਜੀ ਚੋਇਆ। ਠੀਕ ਹੈ, ਤੇ ਥਣ ਥੁਣ ਓਕੇ ਸਾਰੇ? ਹਾਂ ਓਕੇ ਆ, ਵਧੀਆ ਚਵਾ ਵਾ। ਅੱਛਾ, ਤੇ ਆਲ ਆਲ ਕਰਦੀ ਜਿਉਂ ਲੱਗੇ? ਹਾਂ ਜੀ ਕਰਦੀ, ਐਵੇਂ ਗਲਤ ਕੰਮ ਨਹੀਂ ਕਰਦੀ। ਠੀਕ ਹੈ, ਤੇ ਕਿੰਨਾ ਕੁ ਦੁੱਧ ਪਹਿਲੇ ਸੂਏ ਚ ਵਾਜੂ?
ਵੀਰ ਜੀ ਆਪਾਂ ਜ਼ਿਆਦਾ ਨਹੀਂ ਕਹਿੰਦੇ 12-13 ਕਿਲੋ ਤੋਂ ਰਮਾਨ ਨਾਲ 12-13 ਕਿਲੋ ਤੋਂ ਨਹੀਂ ਮਰਦੇ ਅੱਛਾ ਹਾਂਜੀ ਬਾਕੀ ਸੇਵਾ ਤੇ ਡਿਪੈਂਡ ਹੈ 15 ਵੀ ਕੋਈ ਚੋ ਸਕਦਾ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਇਹ ਵੀਰ ਜੀ 35,000 ਦੀ ਦੇ ਦਾਂਗੇ ਅੱਛਾ 35,000 ਦੀ ਦੇ ਦੋਗੇ ਮਾਨਤਨ ਕਰਦਾ ਉੱਚੋ ਮਾਨਤਨ ਹੋ ਜੂ ਹਾਂਜੀ ਠੀਕ ਹੈ ਹੁਣ ਤੁਹਾਨੂੰ ਨਾ ਤੀਸਰੇ ਨੰਬਰ ਤੇ ਗਾਂ ਇੱਕ ਹੋਰ ਦਿਖਾਉਣੀ ਹੈ ਪ੍ਰਿੰਟ ਇਹਦਾ ਕਾਫੀ ਸੋਹਣਾ ਹੈ ਕੱਦ ਕਾਠ ਤੇ ਵੀ ਜਿਹੜੀ ਚੰਗੀ ਸੋਹਣੀ ਹੈ ਹਾਂਜੀ ਵੀਰ ਜੀ ਦੱਸੀਏ ਜੀ ਇਹਦੇ ਬਾਰੇ ਇਹ ਵੀਰ ਜੀ ਪਹਿਲਣ ਵੱਛੀ ਆ ਮੂੰਹ ਚਾਰ ਦੰਦੇ ਆ ਅੱਛਾ ਜੀ ਤੇ ਦੇਣ ਲੈਨੇ 10 ਤੋਂ 15 ਲੈ ਜਾਣੇ ਆ ਅੱਛਾ 10 15 ਦਿਨ ਜਿਹਨੇ ਲੈ ਜਾਣੇ ਆ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਕੁ ਚਵਾ ਦੋਗੇ ਇਹ ਦੁੱਧ 16 17 ਕਿਲੋ ਚਵਾਉਗੀ ਗਾਰੰਟੀ ਹੋ ਗੱਡੀ ਅੱਛਾ 15 ਤੋਂ ਪਲੱਸ ਦੀ ਗਾਰੰਟੀ ਹੋ ਬਾਕੀ ਚਲੋ ਵੈਟ ਸੋਣੀ ਹੈ ਨਾ ਕੱਦ ਕਾਠ ਵੀ ਚੰਗਾ ਤੇ ਇਹਦਾ ਕੀ ਫਿਰ ਮੁੱਲ ਰੱਖਣਾ ਜੀ ਇਹ ਵੀਰ ਜੀ ਫੋਨ ਤੇ ਕਰ ਲਾਂਗੇ ਫਿਲਹਾਲ ਲੈ ਕੱਚੀ ਆ ਅੱਛਾ ਤੇ ਫੋਨ ਤੇ ਜੇ ਕਿਸੇ ਨਾਲ ਬਣੂ ਗੱਲ ਦੇ ਦਾਂਗੇ ਨਹੀਂ ਤਾਂ ਆਪਾਂ ਸਾਂਭ ਕੇ ਫਿਰ ਤਿਆਰ ਕਰਕੇ ਵੇਚਣੇ ਦੇਖਾਂਗੇ ਜੇ ਵੀਡੀਓ ਤੇ ਪਾਉ ਵੀਡੀਓ ਦੇ ਨੇ ਉਦਾਂ ਕੋ ਠੀਕ ਹੈ ਠੀਕ ਹੈ ਲਿਆ ਫਿਰ ਖੋਲ ਲਓ ਤੋਰ ਦੀ ਕਰੀਮ ਓਏ बाकी आ देख सकते जे काफी सोहनी वैड है कद काठ की जड़ी चंगी उच्ची है बाकी पशु नवाए धवाए नहीं है हाँ जी ठीक है वीर जी ला जी आज पशु नवाए धवाए होने तो होर जो पशु की टोर बनती है प्रिंट आप देख सकते बड़ा सोहना है आ देख सकते जी चौगी होती है जी ठीक है वीर जी ला जी बाकी हवाना जरा चंगा तैयार करूगी हुण जिहड़ी तुहानूं आपां तीसरे नंबर ते गां इक होर दिखाउणी आ इह क्रॉस च तुहानूं दिखाउणी आ चाहे क्रॉस च हाँ जी वीर जी जिहड़ी आपां तीसरे नंबर ते गां बन्नी आ इहदे बारे दस्सीए जी ਇਹ ਵੀਰ ਜੀ ਦੂਜਾ ਸੂਆ ਸੋਣੀ ਆ ਅੱਛਾ ਜੀ ਹਾਂਜੀ ਇਹ ਕਿੰਨਾ ਕਿ ਟਾਈਮ ਸੋਣ ਚ ਖੜਦੀ 2-3 ਦਿਨ ਲੈ ਜਾਊਗੀ 2-3 ਦਿਨ ਲੈ ਜਾਊਗੀ ਹਾਂਜੀ ਤੇ ਇਹ ਕਿੰਨਾ ਕਿ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਇਹ ਵੀ 13-14 ਕਿਲੋ ਚਵਾਈ ਜਾਊਗਾ 13-14 ਲੀਟਰ ਵਿੱਚ ਚਵਾਈ ਜਾਊ ਤੇ ਇਹਦਾ ਮੁੱਲ ਦੱਸਣਾ ਫਿਰ ਹਾਂਜੀ ਕਿੰਨਾ ਕੀ ਮੁੱਲ 35,000 ਤੇ ਦਾ ਮਾਨਤਨ ਅੱਛਾ ਇਹਦਾ ਵੀ 35,000 ਚ ਮਾਨਤਨ ਕਰੋਗੇ ਲਿਆ ਫਿਰ ਖੋਲੋ ਇੱਕ ਵਾਰੀ ਤੋਰੀਏ ਇਹਨੂੰ ਹਾਂ ਦੇਖ ਸਕਦੇ ਜੀ दूसरा सोहा है वीर जी ने कहते कि सोना है 35,000 च मानतन जो वीर जी ने कहते कि आप कर देंगे हाँ जी ठीक है वीर जी आज लै आओ जी बाकी कद काठ जो भी चंगा सोहना है हाँ देख सकते जो ढिल भी एक करी थानू अगे लागे तो दिखा दिए हाँ देख सकते जी हाँ जी ठीक है वीर जी लै जाओ बाकी ठंडी धीरी है मानतन जे सारे च हो गए ਹੁਣ ਐਂਡ ਤੇ ਤੁਹਾਨੂੰ ਇੱਕ ਹੋਰ ਹੌਲੇ ਭਾਜ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਜਰਸੀ ਗਾਂ ਤੁਹਾਨੂੰ ਦਿਖਾਉਣੀ ਹੈ ਥਣ ਬੜਾ ਪਿਆਰਾ ਇਹਦੇ ਕੋਲ ਆਹ ਦੇਖ ਸਕਦੇ ਜੀ ਥਣ ਕਾਫੀ ਚੰਗਾ ਹਾਂਜੀ ਵੀਰ ਜੀ ਦੱਸੀਏ ਜੀ ਇਹਦੇ ਬਾਰੇ ਵੀ ਇਹ ਵੀਰ ਜੀ ਦੂਜਾ ਸੂਆ ਵਾ ਅੱਛਾ ਜੀ ਤੇ ਟੋਕੜਿਆ 2 ਕੁ ਮਹੀਨੇ ਹੋ ਗਏ ਬਣੀ ਨੂੰ ਪਰ ਆਪਾਂ ਕੋਈ ਗਾਰੰਟੀ ਨਹੀਂ ਆਪਾਂ ਵੀ ਲਿਆਂਦੀ ਆ ਅੱਛਾ ਉਹਦਾ 2 ਮਹੀਨੇ ਹੋ ਗਏ ਆ ਚੈੱਕ ਕੋਈ ਚੈੱਕ ਕਰਵਾ ਕੇ ਲੈ ਜਾ ਸਕਦਾ ਆਪਣੀ ਹਾਂ ਚੈੱਕ ਫਿਰ ਉਸ ਹਿਸਾਬ ਨਾਲ ਫਿਰ ਹੋਣਾ ਸਭ ਦਾ ਆਪਾਂ ਤਾਂ ਹੁਣ ਫਿਲਹਾਲ ਲੈ ਤੋਕੜਾ ਤੁਸੀਂ ਦੇ ਟੋਕੜਾ ਜੇ ਤੇ ਖਾਲੀ ਦੇ ਹਿਸਾਬ ਨਹੀਂ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਜੇ ਕੋਈ ਆਪਣੇ ਘਰ ਕਰਾ ਲੇ ਜਾ ਕੇ ਨਿਕਲ ਆਵੇ ਤੇ ਚਲੋ ਉਹ ਤੇ ਉਹ ਠੀਕ ਹੈ ਜੇ ਆਪਾਂ ਕਰਾ ਲਈ ਫਿਰ ਤੇ ਉਸ ਹਿਸਾਬ ਨਾਲ ਫਿਰ ਆਪਾਂ ਹਾਂਜੀ ਹਾਂਜੀ ਤੇ ਫਿਰ ਕੀ ਮੁੱਲ ਰੱਖਣਾ ਇਹਦਾ ਇਹ ਵੀਰ ਜੀ 7000 ਦੀ ਹੈ 7000 ਦੀ ਦੇ ਦੋਗੇ ਦੁੱਧ ਕਿੰਨਾ ਜੀ ਦੁੱਧ 4 ਕਿ ਲੀਟਰ ਹੈਗਾ ਹਾਂ 4 ਲੀਟਰ ਹੈਗਾ ਵਾ 7 ਜੋ ਜੀ ਮਾਨਤਨ ਕਰ ਦਾਂਗੇ ਥੋੜਾ ਕਿੰਨੇ ਦੀ ਦੇ ਦੋਗੇ ਪੂਰੀ ਇਹ 6500 ਦੀ ਦੇ 6500 ਦੀ ਦੇ ਦੋਗੇ ਅੱਛਾ ਲਿਆ ਫਿਰ 6500 ਚੋਂ ਵੀ ਜਿਹੜਾ ਮੌਕੇ ਤੇ ਹੋ ਜਾਊਗਾ ਥੋੜਾ ਪਤਾ ਹੋਰ ਉਹ ਤੇ 4 ਲੀਟਰ ਦੱਸ ਦੇ ਇਹਦੇ ਕੋਲ ਹਾਂਜੀ ਠੀਕ ਹੈ ਵੀਰ ਜੀ ਲੈ ਜਾ ਜੀ
हाँ जी हाँ जी ला जाओ ला जाओ भी। हाँ जी वीर जी और कुछ कहना जी फिर जी? बस ठीक है वीर जी, बहुत बहुत धन्यवाद जी। पशु जेडे वीर जी होना ने चार पांच वकाऊ किए, तो बाकी कोई वीर इत्थे आ गए अपनी तसली करके चवाई करके पास करके तो फिर खड़े जी। हाँ जी के कोई तसली कर ले, ठीक है, चार डंग चोले दो डंग चोले, ठीक है जी, बाद च फोन ते जेड़ा लांबे देने ओ ठीक है, वधिया नहीं लगदा। हाँ जी हाँ जी हाँ जी, इत्थे तसली आपां भी लियांदियां या अपनी अगड़ियां घर दियां। हाँ जी हाँ जी हाँ जी, ते इत्थे तसली कर। हाँ जी ठीक है वीर जी, बहुत बहुत धन्यवाद।